ਰਾਜਪਾਲ ਸਾਹਿਬ ਕਹਿੰਦੇ ਅਸੀਂ ਤੁਹਾਨੂੰ ਬਜਟ ਚਲਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ, ਪਤਾ ਨਹੀਂ ਕਿਹੜੀ ਕਾਨੂੰਨੀ ਸਲਾਹ ਲੈਣਗੇ। ਉਸ ਤੋਂ ਪਹਿਲਾਂ ਅਸੀਂ ਫਿਰ ਸੁਪਰੀਮ ਕੋਰਟ 'ਚ ਗਏ ਹਾਂ ਕਿ ਸਾਨੂੰ ਬਜਟ ਸੈਸ਼ਨ ਚਲਾਉਣ ਦਿਓ ਜੀ। ਪੂਰੇ ਦੇਸ਼ ਦੇ ਵਿੱਚ ਜਿਹੜੇ ਰਾਜਭਵਨ ਨੇ ਉਹ ਬੀਜੇਪੀ ਦੇ ਮੁਖਿਆਲੇ ਬਣ ਗਏ ਅਤੇ ਜਿਹੜੇ ਰਾਜਭਵਨਾਂ ਦੇ ਵਿੱਚ ਰਹਿੰਦੇ ਨੇ ਰਾਜਪਾਲ ਉਹ ਬੀਜੇਪੀ ਦੇ ਸਟਾਰ ਪ੍ਰਚਾਰਕ ਬਣ ਗਏ। ਪੋਲੀਟੀਕਲ ਇੰਟਰਫੇਅਰ ਕਰਦੇ ਨੇ, ਪੋਲੀਟੀਕਲੀ ਇੰਟਰਫੇਰੈਂਸ ਉਹਨਾਂ ਦੀ ਜਿਹੜੀ ਹੈ ਉਹ ਕਿਤੇ ਵੀ ਬਰਦਾਸ਼ਤ ਨਹੀਂ ਹੋ ਸਕਦੀ। ਮੈਨੂੰ ਇਹ ਦੱਸ ਦੇਣ ਕਿ ਗੁਜਰਾਤ ਦੇ ਰਾਜਪਾਲ ਨੇ ਉਹਨਾਂ ਦੇ ਮੁੱਖ ਮੰਤਰੀ ਨੂੰ ਕਿੰਨੀਆਂ ਚਿੱਠੀਆਂ ਲਿਖੀਆਂ ਸੀ, ਯੂਪੀ ਦੇ ਰਾਜਪਾਲ ਨੇ ਉਹਨਾਂ ਦੇ ਮੁੱਖ ਮੰਤਰੀ ਨੂੰ ਕਿੰਨੀਆਂ ਚਿੱਠੀਆਂ ਲਿਖੀਆਂ ਨੇ, ਮੱਧ ਪ੍ਰਦੇਸ਼ ਦੇ ਰਾਜਪਾਲ ਨੇ ਉਹਨਾਂ ਦੇ ਮੁੱਖ ਮੰਤਰੀ ਕਿੰਨੀਆਂ ਚਿੱਠੀਆਂ। ਇਹ ਚਿੱਠੀਆਂ ਲਿਖਣ ਵਾਸਤੇ ਇਕੱਲਾ ਤਮਿਲਨਾਡੂ ਦਾ ਮੁੱਖ ਮੰਤਰੀ ਸਟਾਲਿਨ ਰਹਿ ਗਿਆ, ਅਰਵਿੰਦ ਕੇਜਰੀਵਾਲ ਜੀ ਰਹਿ ਗਏ ਐਲ ਜੀ ਤੋਂ ਚਿੱਠੀਆਂ ਲਵ ਲੈਟਰ ਰੋਜ਼ ਮਿਲਣ ਲੱਗ ਜਾਂਦੇ ਨੇ, ਜਾਂ ਫਿਰ ਪੰਜਾਬ ਨੂੰ ਚਿੱਠੀਆਂ ਆ ਰਹੀਆਂ ਨੇ ਜਾਂ ਬੰਗਾਲ ਨੂੰ ਆ ਰਹੀਆਂ ਨੇ, ਠੀਕ ਹੈ ਨਾ, ਜਾਂ ਕੇਰਲਾ ਨੂੰ ਜਾਂ ਤੇਲੰਗਾਨਾ ਨੂੰ। ਨੌਨ ਬੀਜੇਪੀ ਸਰਕਾਰਾਂ ਦੇ ਰਾਜਪਾਲ ਜਿਹੜੇ ਨੇ ਕਿ ਉਹਨਾਂ ਨੂੰ ਹੀ ਕਿਉਂ ਇਹ ਆਪਣੇ ਵਾਲੇ ਨੂੰ ਕਿਉਂ ਨਹੀਂ ਕਰਦੇ। ਸੋ ਇਹ ਲੋਕਾਂ ਦੁਆਰਾ 3 ਕਰੋੜ ਲੋਕਾਂ ਨੇ ਵੋਟਾਂ ਪਾਈਆਂ ਨੇ, ਇਹ ਲੋਕਾਂ ਦੇ ਵੋਟਾਂ ਦਾ ਅਧਿਕਾਰ ਹੈ, ਉਹਦਾ ਨਿਰਾਦਰ ਹੈ। ਸੰਵਿਧਾਨ ਦੇ ਮੁਤਾਬਕ ਰਾਜਪਾਲ ਨੂੰ ਪਰਮਿਸ਼ਨ ਵੀ ਦੇਣੀ ਪੈਣੀ ਹੈ ਤੇ ਨਾਲੇ ਉੱਥੇ ਜਿਹੜਾ ਕੈਬਨਿਟ ਪਾਸ ਕਰੂਗੀ ਉਹ ਭਾਸ਼ਣ